ਗੁੱਡ ਮਾਰਨਿੰਗ ਫਰੈਂਡਸ ਗੁੱਡ ਮਾਰਨਿੰਗ ਅੱਜ ਆਪਾਂ ਤੁਹਾਨੂੰ ਕੁਝ ਇਹੋ ਜਿਹਾ ਸਿਸਟਮ ਦੱਸਾਂਗੇ ਜਿਹਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਦਾ ਬਦਲਾਅ ਕਰ ਸਕਦੇ ਹਾਂ ਕੀ ਆਪਾਂ ਬਦਲਾਅ ਕਰਨਾ ਚਾਹੁੰਦੇ ਹਾਂ ਯੈਸ ਯੈਸ ਤੇ ਆਪਾਂ ਤੁਹਾਨੂੰ ਦੱਸਾਂਗੇ ਦੋ ਭਾਗ ਦੇ ਵਿੱਚ ਇੱਕ ਸਿਸਟਮ ਦੱਸਾਂਗੇ ਇੱਕ ਹੈਗਾ ਵਾ ਪਾਰਟ ਏ ਔਰ ਦੂਸਰਾ ਜਿਹੜਾ ਮੈਂ ਦੱਸਾਂਗਾ ਜਿਹਦੇ ਵਿੱਚ ਆਪਾਂ ਬਦਲਾਅ ਕਰਨਾ ਵਾ ਉਹ ਹੈਗਾ ਪਾਰਟ ਬੀ ਸਭ ਤੋਂ ਪਹਿਲਾਂ ਕੀ ਹੈਗਾ ਵਾ ਆਮ ਜ਼ਿੰਦਗੀ ਆਮ ਜ਼ਿੰਦਗੀ ਦਾ ਸਿਸਟਮ ਹੈਗਾ ਵਾ ਇਹ ਸਿਸਟਮ ਦੇ ਵਿੱਚ ਹਰ ਇਨਸਾਨ 8 ਘੰਟੇ ਕੰਮ ਕਰਦਾ ਜੈਸੇ ਜਾਨੂੰ ਯੈਸ ਯੈਸ 8 ਘੰਟੇ ਰੋਜ਼ ਕੰਮ ਕਰਦਾ ਇਨਸਾਨ ਔਰ ਸਾਲ ਦੇ ਵਿੱਚ 300 ਦਿਨ ਇਹ ਕੰਮ ਕਰ ਰਿਹਾ ਵਾ ਔਰ ਇੱਕ ਸਾਲ ਦੇ ਵਿੱਚ ਆਪਾਂ ਐਵਰੇਜ ਕੱਢੀ ਜੋ ਬਣਦੀ ਹੈ 2400 ਘੰਟੇ ਬਣਦੇ ਆ ਇੱਕ ਸਾਲ ਦੇ 2400 ਘੰਟੇ ਬਣਦੇ ਆ ਔਰ 35 ਸਾਲ ਕੰਮ ਕਰਨਾ ਹੀ ਪੈਂਦਾ ਵਾ ਔਰ ਇਹਦੇ ਟੋਟਲ ਬਣਦੇ ਆ 84,000 ਘੰਟੇ ਇਹ ਪੂਰੀ ਜ਼ਿੰਦਗੀ ਦਾ ਟਾਈਮ ਹੈ ਪੂਰੀ ਜ਼ਿੰਦਗੀ ਦਾ ਸਮਾਂ ਜਿਹੜਾ ਆਪਾਂ 84,000 ਘੰਟੇ ਕੱਢਿਆ ਕਾਫੀ ਲੋਕ ਮਾਰਕੀਟ 'ਚ ਮਿਲਣਗੇ ਜਿਹੜੇ ਲੋਕ 10,000 ਤੋਂ ਘੱਟ ਕਮਾਈ ਕਰਦੇ ਆ ਕਾਫੀ ਲੋਕ ਮਿਲਣਗੇ ਜਿਹੜੇ 20,000 ਤੋਂ ਘੱਟ ਕਮਾਈ ਕਰਦੇ ਆ ਪਰ ਆਪਾਂ ਜੇ ਐਵਰੇਜ ਲਾਈਏ 20,000 ਰੁਪਈਏ ਪਰ ਮੰਥ ਦੀ 20,000 ਪਰ ਮੰਥ ਪੂਰੇ 12 ਮਹੀਨੇ ਦੇ ਵਿੱਚ 2,40,000 ਰੁਪਈਆ ਬੰਦਾ ਔਰ ਜੇ 35 ਸਾਲ ਦਾ ਆਪਾਂ ਹਿਸਾਬ ਕੱਢੀਏ ਤੇ ਟੋਟਲ ਬੰਦਾ ਵਾ 84,00,000 ਰੁਪਈਆ ਇਹ 84,00,000 ਰੁਪਈਆ ਪੂਰੀ ਜ਼ਿੰਦਗੀ 'ਚ ਇਨਸਾਨ ਨੇ ਕਮਾਇਆ ਔਰ ਜੇ ਇਹਨੂੰ ਆਪਾਂ ਸਮੇਂ ਨਾਲ ਡਿਵਾਈਡ ਕਰੀਏ 84,000 ਘੰਟਿਆਂ ਨਾਲ ਡਿਵਾਈਡ ਕਰੀਏ 100 ਰੁਪਈਆ ਪ੍ਰਤੀ ਘੰਟਾ ਇੱਕ ਘੰਟੇ ਦਾ ਟਾਈਮ ਦੀ ਜਿਹੜੀ ਕੀਮਤ ਆ ਉਹ ਆਮ ਜ਼ਿੰਦਗੀ ਦੇ ਵਿੱਚ 100 ਰੁਪਈਆ ਬਹਿੰਦੀ ਆ ਠੀਕ ਹੈ ਇਹ ਉਹ ਸਿਸਟਮ ਆ ਜਿਹਦੇ ਵਿੱਚ 35 ਸਾਲ ਕੰਮ ਕਰਨਾ ਹੀ ਪਏਗਾ ਔਰ ਦੂਸਰਾ ਜਿਹੜਾ ਮੈਂ ਦੱਸਣ ਜਾ ਰਿਹਾ ਵਾ ਇਹ ਹੈਗਾ ਵੈਸਟੀ ਦਾ ਸਿਸਟਮ ਕਿਹੜਾ ਸਿਸਟਮ ਵੈਸਟੀ ਦਾ ਸਿਸਟਮ ਇਹ ਸਿਸਟਮ ਦੇ ਵਿੱਚ 5 ਸਾਲ ਇਹਦਾ ਸਮਾਂ ਲਾਉਣਾ ਕਰਨਾ ਕੀ ਆ ਆਪਾਂ ਖੁਦ ਸਿੱਖਣਾ ਵਾ ਤੇ ਅੱਗੇ ਸਿਖਾਉਣਾ ਵਾ 5 ਘੰਟੇ ਜਿਹੜਾ ਇਨਸਾਨ ਲਾ ਰਿਹਾ ਵਾ ਹਰ ਰੋਜ਼ 5 ਘੰਟੇ ਹਰ ਰੋਜ਼ 300 ਦਿਨ ਜਿਹੜਾ ਲਾ ਰਿਹਾ ਵਾ ਸਾਲ 'ਚ ਇੱਕ ਸਾਲ ਦੇ 1500 ਘੰਟੇ ਬਣਦੇ ਆ 1500 ਔਰ ਜੇ 5 ਸਾਲ ਆਪਾਂ ਸਮਾਂ ਦੇਵਾਂਗੇ 5 ਸਾਲ ਦਾ ਟੋਟਲ ਬਣਦਾ ਵਾ 7500 ਘੰਟੇ ਇੱਥੇ 7500 ਘੰਟੇ ਲਾ ਕੇ ਇੱਕ ਇਨਸਾਨ ਦੀ ਐਵਰੇਜ ਜਿਹੜੀ ਆ ਰਹੀ ਆ 1,00,000 ਰੁਪਈਆ ਪਰ ਮੰਥ ਦੀ ਆ ਰਹੀ ਆ 1,00,000 ਰੁਪਈਆ ਇਹ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਵੇਖ ਰਿਹਾ 1,00,000 ਰੁਪਈਆ ਮਿਨੀਮਮ ਇਹ ਆ ਰਿਹਾ ਵਾ ਹਰ ਮਹੀਨੇ 1,00,000 ਆਪਾਂ 12 ਮਹੀਨਿਆਂ ਦੀ ਗੱਲ ਕਰੀਏ ਤੇ 12 ਮਹੀਨੇ ਇੱਥੇ ਜਾ ਕੇ ਟਾਈਮ ਦੀ ਵੀ ਆਜ਼ਾਦੀ ਮਿਲ ਗਈ ਤੇ ਬੰਦੇ ਨੂੰ ਪੈਸੇ ਆ ਰਹੇ ਆ 12,00,000 ਰੁਪਈਆ ਪਰ ਮੰਥ ਅਗਲੇ 30 ਸਾਲ ਪੈਸਾ ਆਏਗਾ 3,60,00,000 ਰੁਪਈਆ ਇੱਥੇ ਬਣਦਾ ਜੇ ਆਪਾਂ ਸਮੇਂ ਨਾਲ ਵੰਡ ਦਈਏ 7500 ਤੇ ਇੱਥੇ ਬਣਦਾ ਵਾ 4800 ਰੁਪਈਆ ਪ੍ਰਤੀ ਘੰਟਾ ਇੱਥੇ 1 ਘੰਟੇ ਦੀ ਕੀਮਤ 4800 ਰੁਪਈਆ ਬਣਦੀ ਆ ਇਹ ਸਿਸਟਮ ਉਹ ਆ ਕਿ ਇੱਥੇ ਜੇ ਉਹ ਪੈਸੇ ਆ ਰਹੇ ਆ ਬੰਦੇ ਨੂੰ ਕੁਝ ਹੋ ਵੀ ਜਾਵੇ ਤਦ ਵੀ ਇਹ ਪੈਸਾ ਬੰਦ ਨਹੀਂ ਹੋਏਗਾ ਤੇ ਦੋਸਤੋ ਕੀ ਕਰਨਾ ਚਾਹੀਦਾ 5 ਸਾਲ ਵੱਲ ਧਿਆਨ ਦੇਣਾ ਚਾਹੀਦਾ ਜਾਂ ਇਸੇ ਸਿਸਟਮ ਦੇ ਵਿੱਚ 35 ਸਾਲ ਕਿਹੜਾ ਕਰਨਾ ਚਾਹੀਦਾ 5 ਸਾਲ ਓਕੇ ਆਪਾਂ ਨੂੰ ਸਮਝ ਲੱਗ ਗਈ ਆ ਆਪਾਂ ਇਹ ਅੱਗੇ ਵਧੀਏ ਤੇ ਇਹ 5 ਸਾਲ ਵਾਲੇ ਸਿਸਟਮ ਨੂੰ ਬਣਾ ਕੇ ਆਪਣੀ ਆਮਦਨ ਨੂੰ ਹੋਰ ਵਧਾਈਏ ਸੋ ਥੈਂਕ ਯੂ ਵਿਸ਼ ਯੂ ਵੈਲਥ